ਹਜ਼ੂਰ ਨਾਲ ਵਫਾ ਕਰਨੀ ਔਰ ਕੀ ਕਰਨਾ ਬਈ ਅੰਨੇ ਵਾਹ ਕਰਨੀ ਕਿਵੇਂ ਕਰਨੀ ਬਈ ਅੰਨੇ ਵਾਹ ਹਜ਼ੂਰ ਨਾਲ ਮੁਹੱਬਤ ਕਰਨੀ ਔਰ ਅੰਨੇ ਵਾਹ ਕਰਨੀ ਇਹ ਇੱਕੋ ਹੀ ਸ਼ਾਇ ਜਿਹੜੀ ਹਰ ਜਗ੍ਹਾ ਕੰਮ ਆਣੀ ਹਰ ਜਗ੍ਹਾ ਦੁਨੀਆਂ ਤੇ ਵੀ ਇਹ ਤਾਂ ਉਹ ਹਜ਼ਰਤ ਵਾਸਿਫ ਅਲੀ ਵਾਸਿਫ ਨਾ ਉਹ ਦਾਰੀ ਮੁੰਡੇ ਦਰਵੇਸ਼ ਹਨ ਉਹ ਕਹਿੰਦੇ ਸਨ ਇਨਸਾਨ ਕੀ ਆਂਖ ਖੁੱਲਦੀ ਉਸ ਵਕਤ ਹੈ ਜਦ ਬੰਦ ਹੋਣੇ ਪਾਤੀ ਹੈ ਇਹ ਤਾਂ ਪਤਾ ਲੱਗ ਜਾਣਾ ਜਦੋਂ ਆਇਨ ਕਬਰ ਤੇ ਜਾਣਾ ਰਿਸ਼ਤੇ ਆ ਕੇ ਪੁੱਛਣਾ ਮਾ ਤੁਨ ਤਕੂਲੂ ਫੀ ਹੱਕ ਹਾਜ਼ਰ ਰਜਲ ਦੱਸ ਓਏ ਦੁਨੀਆ ਤੇ ਇਹਨਾਂ ਦੇ ਬਾਰੇ ਕੀ ਕਹਿੰਦਾ ਰਹਿੰਦਾ ਸੈ ਤੇ ਜਦੋਂ ਸਾਡੇ ਗੁਲਾਮਾਂ ਕੋ ਪੁੱਛਣਗੇ ਅਸੀਂ ਕਹਾਂਗੇ ਸਾਡੇ ਕੋ ਪੁੱਛਦੇ ਹੋ ਸਰਵਰ ਕਹੂੰ ਕੇ ਮਾਲਕ ਤੋ ਮੌਲਾ ਕਹੂੰ ਤੁਝੇ ਔਰ ਬਾਗੇ ਖਲੀਲ ਕਾ ਗੁਲੇ ਜ਼ੇਬਾ ਕਹੂੰ ਤੁਝੇ ਤੇਰੇ ਤੋ ਬਸ ਐਬੇ ਤਨਾਹੀ ਸੇ ਹੈ ਬਰੀ ਹੈਰਾਨ ਹੂੰ ਮੇਰੇ ਸ਼ਾਹ ਕਿਆ ਕਿਆ ਕਹੂੰ ਤੁਝੇ ਨਾਰਾਏ ਦੀ ਸਾਲਤ ਨਾਰਾਏ ਦੀ ਸਾਲਤ ਹੁਰਮਤ ਪੇ ਤੇਰੀ ਹੁਰਮਤ ਪੇ ਤੇਰੀ ਯਾ ਨਬੀ ਹਮ ਪਹਿਰਾ ਦੇਗੇ ਯਾ ਨਬੀ ਹੁਰਮਤ ਪੇ ਤੇਰੀ ਯਾ ਨਬੀ ਹਮ ਪਹਿਰਾ ਦੇਗੇ ਯਾ ਨਬੀ ਇੱਜ਼ਤ ਸੇ ਤੇਰੀ ਯਾ ਨਬੀ ਹਮ ਜਾਨ ਜੁਟਾ ਦੇ ਯਾ ਨਬੀ ਹੈ ਮਿਸ਼ਨ ਜੋ ਤੇਰਾ ਯਾ ਨਬੀ ਹਮ ਲੈ ਕਰ ਨਿਕਲੇ ਯਾ ਨਬੀ ਜੇ ਤੇਰੇ ਹੁਕਮ ਪਏ ਯਾ ਨਬੀ ਹਮ ਫੈਲਾ ਦੇਗੇ ਯਾ ਨਬੀ ਰਸਤੇ ਮੇ ਜੋ ਆਇਆ ਯਾ ਨਬੀ ਉਹ ਕੱਟ ਜਾਏਗਾ ਯਾ ਨਬੀ ਰਸਤੇ ਮੇ ਜੋ ਆਇਆ ਯਾ ਨਬੀ ਉਹ ਕੱਟ ਜਾਏਗਾ ਯਾ ਨਬੀ ਇਸਲਾਮ ਜਿਹੜਾ ਨਾ ਉਹ ਦਲੇਰਾਂ ਦਾ ਦੀਨ ਹੈ ਕਿਸ ਦਾ ਦੀਨ ਹੈ ਬਈ ਦਲੇਰਾਂ ਦਾ ਦੀਨ ਹੈ ਇਸਲਾਮ ਬੰਦੇ ਖੜਕਾ ਕੇ ਲਿਆਂਦਾ ਇਸਲਾਮ ਬੰਦੇ ਖੜਕਾਣਾ ਸਮਝ ਲਓ ਬੰਦੇ ਜਜੋੜ ਕੇ ਜੇ ਬੰਦਾ ਕਹਿ ਦੇਵੇ ਨਾ ਚੌਦਵੀਂ ਸਦੀ ਚ ਵੀ ਪੰਦਰਵੀਂ ਸਦੀ ਚ ਵੀ ਕਿ ਮੈਂ ਕੁੱਤਾ ਪਾਕ ਰਸੂਲਲਾ ਦਾ ਭਾਵੇਂ ਉਹ ਵੀਰ ਚੇਰ ਕਵੇ ਇਸਲਾਮ ਨੂੰ ਫੈਜ਼ਾਬਾਦ ਲੈ ਜਾਂਦਾ ਚਲਦੀ ਗੋਲੀਆਂ ਸਾਹਮਣੇ ਬਿਠਾ ਦਿੰਦਾ ਰਸੀਦ ਤੇ ਜੇਲ੍ਹ ਲੈ ਜਾਂਦਾ ਲੇਕਿਨ ਇਸਲਾਮ ਇਕਬਾਲ ਕਹਿੰਦਾ ਅੱਲਾਹ ਕੋ ਪਾ ਮਰਦੀ ਹੈ ਮੋਮਿਨ ਤੇ ਭਰੋਸਾ ਅੱਲਾਹ ਕੋ ਪਾ ਮਰਦੀ ਹੈ ਮੋਮਿਨ ਤੇ ਭਰੋਸਾ ਇਬਲੀਸ ਕੋ ਯੂਰਪ ਕੀ ਮਸ਼ੀਨ ਹੋ ਦਸਾ ਬੰਦੇ ਇਸਲਾਮ ਖੜਕਾ ਕੇ ਲੈਂਦਾ ਕਿਵੇਂ ਖੜਕਾ ਕੇ ਲੈਂਦਾ ਪਹਿਲੇ ਉਹਦ ਲੈ ਜਾਂਦਾ ਬਦਰ ਲੈ ਜਾਂਦਾ ਉਹਦ ਲੈ ਜਾਂਦਾ ਖੰਦਕ ਲੈ ਜਾਂਦਾ ਮੁਰੈਸੀ ਲੈ ਜਾਂਦਾ ਮੁਸਤਲਿਫ ਲੈ ਜਾਂਦਾ ਤਬੂਕ ਲੈ ਜਾਂਦਾ ਫਿਰ ਜਾ ਕੇ ਕਹਿੰਦਾ ਰਜ਼ੀ ਅੱਲਾਹੁ ਅਨਹੁਮ ਵਰਹੁਮਾਨ ਵਕੁੱਲਮ ਵਾਦ ਅੱਲਾਹੁ ਲੋਸਨਾ ਫਿਰ ਕਹਿੰਦਾ ਔਰ ਇਹ ਸ਼ਹਾਦਤ ਕਹੇ ਉਲਫਤ ਮੇ ਕਦਮ ਰੱਖਣਾ ਹੈ ਪਰ ਲੋਕ ਆਸਾਨ ਸਮਝਤੇ ਹੈ ਮੁਸਲਮਾਨ ਹੋਣਾ ਔਰ ਝੱਲਿਓ ਇਸਲਾਮ ਦਲੇਰਾਂ ਦਾ ਦੀਨ ਹੈ ਇਹ ਅੱਜ ਜਨਾਬ ਸਾਡੇ ਉੱਤੇ ਮੁਸੱਲਤ ਹੋ ਗਿਆ ਨਾ ਹੋ ਜਾਏ ਜਿਹੜੇ ਜਨਾਬ ਕਹਿੰਦੇ ਨੇ ਕਿ ਜਦੋਂ ਔਖਾ ਵੇਲੇ ਆਵੇ ਸਰ ਝੁਕਾ ਦਿਓ ਕੱਲ੍ਹ ਯੌਮੇ ਤਕਬੀਰ ਹੈ ਜੀ ਹਾਂਜੀ ਯੌਮੇ ਤਕਬੀਰ 26 ਕਰੋੜ ਬਣਾਉਣਗੇ ਤੇ ਉੱਥੇ ਜਨਾਬ ਫਲਸਤੀਨੀ ਕੱਟ ਰਹੇ ਹੋਣਗੇ ਹਾਂਜੀ ਵਜ਼ਾ ਮੇ ਹੋ ਤੁਮ ਨਸਾਰਾ ਔਰ ਤਮਦੁਨ ਮੇ ਹਨੂਦ ਇਹ ਉਹ ਮੁਸਲਿਮ ਹੈ ਜਿਹਨੇ ਦੇਖ ਕੇ ਸ਼ਰਮਾਏ ਯਹੂਦ ਹਾਂਜੀ ਇਹ ਉਹ ਵੀ ਕਹਿੰਦੇ ਉਹਨਾਂ ਕਿ ਤੁਸੀਂ ਕਿਹੜੀ ਯੌਮੇ ਤਕਬੀਰ ਮਨਾਣੀ ਯੌਮੇ ਤਕਬੀਰ ਮਨਾਏ ਤਾਂ ਸਲਾਹੁਦੀਨ ਅਯੂਬੀ ਮਨਾਏ ਹਾਂਜੀ ਤੁਹਾਡੇ ਕੋਲ ਤੁਹਾਡੇ ਹੱਥ ਵਿੱਚ ਅਗਰ ਖਾਲਿਦ ਟੈਂਕ ਹੈ ਤਾਂ ਖਾਲਿਦ ਟੈਂਕ ਚਲਾਉਣ ਵਾਸਤੇ ਜ਼ਰੂਰਤ ਵੀ ਤਾਂ ਖਾਲਿਦ ਬਿਨ ਵਲੀਦ ਵਾਲੀ ਚਾਹੀਦੀ ਨਾ ਹਾਂਜੀ ਗੌਰੀ ਚਲਾਉਣ ਵਾਸਤੇ ਜ਼ਰੂਰਤ ਵੀ ਤਾਂ ਗੌਰੀ ਵਾਲੀ ਚਾਹੀਦੀ ਨਾ ਔਰ ਕੌਣ ਕਹਿੰਦੀ ਸੀ ਗੌਰੀ ਆਇਆ ਮੈਂ ਕਿਹਾ ਗੌਰੀ ਨਹੀਂ ਆਇਆ ਤਾਂ ਇਹ ਹਾਲ ਹੋ ਗਿਆ ਨਾ ਜੇ ਗੌਰੀ ਇੱਕ ਵਾਰੀ ਵੀ ਆਇਆ ਹੁੰਦਾ ਤਾਂ ਫਲਸਤੀਨ ਤੇ ਜ਼ੁਲਮ ਨਾ ਹੁੰਦਾ ਹਾਂ ਤੁਹਾਨੂੰ ਤਾਂ ਮਸਰੇ ਪੰਨ ਤੋਂ ਜਨਾਬ ਟਾਈਮ ਮਿਲੇਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਨਾਲ ਬਣਿਆ ਕੀ ਹੈ ਤੁਹਾਨੂੰ ਜਨਾਬ ਕਿਸੇ ਹੋਰ ਚੀਜ਼ਾਂ ਤੋਂ ਫੁਰਸਤ ਮਿਲੇਗੀ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਫਲਸਤੀਨ ਨਾਲ ਰੋਹਿੰਗਾ ਦੇ ਬਰਮਾ ਦੇ ਮੁਸਲਮਾਨਾਂ ਨਾਲ ਬਣ ਕੀ ਗਈ ਔਰ ਜਨਾਬ ਤੁਸੀਂ ਤਾਂ ਜਨਾਬ ਮਸਤ ਹੋ ਔਰ ਜਨਾਬ ਜਨਾਬ ਲੁੱਟੇ ਹੋਏ ਹੋ ਇਕਬਾਲ ਕਹਿੰਦਾ ਇਹ ਜਨਾਬ ਹਿਕਮਤ ਮਲਕੂਤੀ ਇਹ ਇਲਮ ਲਾਹੂਤੀ ਤੇਰੇ ਹਰਮ ਕੇ ਦਰਦ ਕਾ ਦਰਮਾ ਨਹੀਂ ਤੋ ਕੁਛ ਵੀ ਨਹੀਂ ਇਹ ਨੀਮ ਛਬੀ ਇਹ ਮੁਰਾਕਬੇ ਇਹ ਸਰੂਰ ਤੇਰੀ ਖੁਦੀ ਕੇ ਨਿਗੇਬਾ ਨਹੀਂ ਤੋ ਕੁਛ ਵੀ ਨਹੀਂ ਔਰ ਖਿਰਦ ਨੇ ਕਹਿ ਵੀ ਦਿਆ ਲਾ ਇਲਾ ਤੋ ਕਿਆ ਹਾਸਿਲ ਇਹ ਕੱਲ ਖਿਰਦ ਵਾਲੇ ਹੋਣੇ ਨੇ ਕਿਹੜੇ ਹੋਣੇ ਨੇ ਖਿਰਦ ਵਾਲੇ ਖਿਰਦ ਨੇ ਕਹਿ ਵੀ ਦਿਆ ਲਾ ਇਲਾ ਖਿਰਦ ਕਹਿ ਵੀ ਦੇਵੇ ਯੋਮੇ ਤਕਬੀਰ ਤੇ ਕਿਹੜੀ ਗੱਲ ਹੈ ਇੱਥੇ ਤੇ ਜਨਾਬ ਬਰਕੇ ਖਾਨ 5000 ਦਾ ਲਸ਼ਕਰ ਲੈ ਕੇ ਖੜਿਆ ਹੋਵੇ ਸਾਹਮਣੇ ਹਲਾਕੂ ਖਾਨ ਦਾ 1.5 ਲੱਖ ਦਾ ਲਸ਼ਕਰ ਹੋਵੇ ਐਨੇ ਜਾਲੂਨ ਦਾ ਮਕਾਮ ਹੋਵੇ ਦਰਿਆ ਵੀ ਜਮੇ ਹੋਵੇ ਇਤਨੀ ਸਰਦੀ ਹੋਵੇ ਦਰਿਆ ਜਮ ਗਿਆ ਹੋਵੇ ਉਤਨੀ ਤਹਿ ਜਮ ਗਈ ਹੋਵੇ ਔਰ ਸਾਹਮਣੇ ਬਰਕੇ ਖਾਨ ਦਾ ਲਸ਼ਕਰ ਹੋਵੇ ਹਲਾਕੂ ਖਾਨ ਦੀਆਂ ਫੌਜਾਂ ਮੁਸਲਮਾਨਾਂ ਦੇ ਲਸ਼ਕਰ ਉੱਤੇ ਹਮਲਾ ਕਰਨ 5000 ਤੇ 1.5 ਲੱਖ ਹਮਲਾ ਕਰਦੇ ਕਾਫਲਾਂ ਦੀ ਫੌਜ ਔਰ ਜਿਹੜਾ ਹਮਲਾ ਕਰਨ ਮੁਸਲਮਾਨਾਂ ਦੇ ਪਾਉਂ ਉਖੜ ਜਾਣ ਬਰਕੇ ਖਾਨ ਦਾ ਜ਼ਾਤੀ ਦਸਤਾ ਜਨਾਬ ਜਿਹੜਾ ਜ਼ਾਤੀ ਬਾਡੀ ਗਾਰਡ ਸਨ ਉਹ ਵੀ ਨਿਕਲ ਕੇ 300 ਜਨਾਬ ਨਿਕਲ ਜਾਣ ਔਰ ਜਨਾਬ ਪਿੱਛੇ ਹਟ ਜਾਣ ਜਨਾਬ ਜੰਗ ਤੋਂ ਤੇ ਜਨਾਬ ਬਰਕੇ ਖਾਨ ਖੜੇ ਹੋ ਕੇ ਕਹੇ ਆ ਇਸਲਾਮ ਆ ਹੁਣ ਤੇਰਾ ਨਾਂ ਕੌਣ ਲਏਗਾ ਹੁਣ ਤਾਂ ਤੂੰ ਮਿਟ ਜਾਏਗਾ ਉਧਰ ਬਗਦਾਦ ਦੀ ਸਲਤਨਤ ਵੀ ਤਾਰਾਜ ਹੋ ਗਈ ਹੁਣ ਤੇਰਾ ਨਾਂ ਲੈਣ ਵਾਲਾ ਕੌਣ ਹੋਏਗਾ ਇਕਬਾਲ ਕਹਿੰਦਾ ਅੱਲਾਹ ਕੋ ਪਾ ਮਰਦੀ ਹੈ ਮੋਮਿਨ ਤੇ ਭਰੋਸਾ
ਉਹ ਜਿਹੜਾ 300 ਜ਼ਾਤੀ ਦਸਤਾਗਾਰ ਨਿਕਲੇ ਸੀ ਨਾ ਬਾਹਰ ਉਹ ਪਹਾੜੀਆਂ ਤੋਂ ਘੁੰਮ ਕੇ ਆਏ ਉਹਨਾਂ ਪਿੱਛੋਂ ਆ ਕੇ 1.5 ਲੱਖ ਹਲਾਕੂ ਖਾਨ ਦੀ ਫੌਜ ਉੱਤੇ ਹਮਲਾ ਕੀਤਾ ਉਹ ਫੌਜ ਸਮਝ ਨਾ ਸਕੀ ਕਿ ਪਿੱਛੋਂ ਹਮਲਾ ਕਰਨ ਵਾਲੇ 300 ਜਾਂ 3000 ਜਾਂ 30000 ਉਹ ਸਾਰੀ ਫੌਜ ਜੰਮੇ ਹੋਏ ਦਰਿਆ ਤੇ ਚੜ ਗਈ ਅੱਲਾ ਦੇ ਹੁਕਮ ਨਾਲ ਜੰਮੇ ਹੋਏ ਦਰਿਆ ਵੀ ਚੱਲਣ ਲੱਗ ਪਿਆ ਤੇ ਸਾਰੀ ਫੌਜ ਨੇਸਤੋ ਨਾਬੂਦ ਹੋ ਗਈ ਔਰ ਤੁਸੀਂ ਜਨਾਬ ਅਸਬਾਬ ਨੂੰ ਰੋਂਦੇ ਹੋ ਅਸੀਂ ਤਾਂ 300 ਵੀ ਹੋਈਏ 1.5 ਲੱਖ ਨੂੰ ਅੱਗੇ ਲਾ ਲੈਂਦੇ ਹਾਂ Ya Rasulullah la fayda la fayda ya Rasulullah la fayda la fayda